ਚਰਨਾਂ ਦਾ ਓਟ ਆਸਰਾ ਬਖਸ਼ਣਾ ਕਾਰੋਬਾਰ ਵਿੱਚ ਵਾਧਾ ਕਰਨਾ ਕਰਤਾ ਸ਼ਰੀਓ ਨਾਮਾ ਸੰਧਾ ਕੇ ਕਾਤੇ ਸੇ ਪਾਸ਼ਾ ਜੀ ਪਰਵਾਰ ਵਿੱਚ ਚੜ੍ਹਦੀਆਂ ਕਲਾ ਕਰਨੀ ਸਤਿ ਜੀ ਕਰੇ ਹਰ ਚਰਨ ਪਾਸ਼ਾ ਜੀ ਆਉਣ ਸਮੇਂ ਜਾਣ ਸੰਗਤ ਦਾ ਪਾਸ਼ਾ ਜੀ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਆਪ ਜੀ ਦੇ ਦਰ ਤੇ ਜੋ ਆਵੇ ਸੁਰਾਜੀ ਹੋ ਕੇ ਜਾਵੇ ਅੜੇ ਸੌ ਚੜੀ ਸੰਗ ਪਰ ਸੁਤਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਸ਼ਿਕਾਰ ਪਿੰਡ ਦੀ ਨੁਹਾਰ ਦੇ ਵਿੱਚ ਤੁਹਾਡਾ ਸਵਾਗਤ ਹੈ। ਉਮੀਦ ਹੈ ਫਰੈਂਡਸ ਤੁਸੀਂ ਆਪਣੇ ਘਰ ਦੇ ਵਿੱਚ ਖੁਸ਼ ਤੇ ਤੰਦਰੁਸਤ ਹੋਵੋਗੇ। ਫਰੈਂਡਸ ਤੁਸੀਂ ਟਾਈਟਲ ਦੇਖ ਕੇ ਸਮਝੇ ਸੋਚ ਰਹੇ ਹੋਵੋਗੇ ਵੀ ਇਹ ਕੀ ਚੀਜ਼ ਆ, ਵੀ ਇਹ ਲਾਣੇਦਾਰ ਕਿਹਨੂੰ ਕਹਿੰਦੀ ਆ। ਲਾਣੇਦਾਰ ਮੈਂ ਇੱਕ ਟਰੈਕਟਰ ਨੂੰ ਕਿਹਾ ਕਿਉਂਕਿ ਸਰਦਾਰ ਜੀ ਟਰੈਕਟਰ ਲੈਣ ਗਏ ਹੋਏ ਨੇ। ਇੱਕ ਕਿਸਾਨ ਲਈ ਜਿਹੜਾ ਟਰੈਕਟਰ ਹੁੰਦਾ ਉਹ ਪੁੱਤ ਵੀ ਕਹਿ ਸਕਦੇ ਹੋ, ਉਹਨੂੰ ਆਪਾਂ ਲਾਣੇਦਾਰ ਵੀ ਕਹਿ ਸਕਦੇ ਹਾਂ ਕਿਉਂਕਿ ਕਿਸਾਨ ਨਾਲ ਅੱਧਾ ਕੰਮ ਟਰੈਕਟਰ ਕਰਾਉਂਦਾ ਤੇ ਅੱਧਾ ਕਿਸਾਨ ਖੁਦ ਕਰਦਾ। ਤੇ ਉਹ ਸਵੇਰ ਦੇ 8-9 ਵਜੇ ਗਏ ਸੀਗੇ ਤੇ ਹੁਣ ਵੱਜ ਗਏ ਨੇ 4 ਤੇ ਮੈਂ ਉਹਨਾਂ ਤੋਂ ਬਾਅਦ ਇਹ 4 ਵਜੇ ਦੇ ਟਾਈਮ ਤੇ ਵੀਡੀਓ ਕਰ ਰਹੀ ਹਾਂ, ਵੀਡੀਓ ਬਣਾ ਰਹੀ ਹਾਂ। ਤੇ ਫਰੈਂਡਸ ਉਹ ਸਵੇਰ ਤੇ ਗਏ ਹੋਏ ਨੇ ਪਰ ਉਹਨਾਂ ਨੂੰ ਟਾਈਮ ਲੱਗੂਗਾ ਹਜੇ ਕਿਉਂਕਿ ਆਪਣੇ ਲੇਡੀਜ਼ ਹੁੰਦੀ ਜਿਹੜੀ ਇਹਨਾਂ ਨੂੰ ਕੱਪੜੇ ਲੈਣ ਦਾ ਸ਼ੌਂਕ ਹੁੰਦਾ। ਤੇ ਪਰ ਜਿਹੜੇ ਜੱਟ ਹੁੰਦੇ ਨੇ, ਜੱਟਾਂ ਦੇ ਦੋ ਸ਼ੌਂਕ ਹੁੰਦੇ ਨੇ, ਇੱਕ ਬੁਲਟ, ਇੱਕ ਇਹਨਾਂ ਦਾ ਟਰੈਕਟਰ ਹੁੰਦਾ ਜਿਹਨੂੰ ਇਹ ਸ਼ਿੰਗਾਰਦੇ ਨੇ। ਬਸ ਹੁਣ ਜਿਹੜਾ ਕੁਛ ਉਹਨਾਂ ਨੇ ਲਵਾਉਣਾ ਹੋਊਗਾ ਟਰੈਕਟਰ ਦੇ ਉੱਤੇ ਆਪਣਾ ਟਰੈਕਟਰ ਨੂੰ ਉਹ ਕੁਛ ਆਪਣੇ ਕਰਵਾਉਣ ਲੱਗੇ ਹੋਏ ਨੇ। ਕਮਰ ਵੀ ਫਿਰ ਤੁਹਾਨੂੰ ਪਤਾ ਹੁਣ ਬੜਾ ਹੋ ਗਿਆ, ਉਹ ਵੀ ਆਪਣੀ ਰਹਿ ਦਿੰਦਾ ਵਿੱਚ ਇੱਦਾਂ ਕਰਨਾ ਇੱਦਾਂ ਕਰਨਾ, ਉਹਨਾਂ ਨੂੰ ਆਉਂਦਿਆਂ ਨੂੰ ਹਨੇਰਾ ਹੋ ਜਾਣਾ। ਤੇ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਇਹ 3 ਸਾਲ ਲਿਖਣ ਦਾ ਰੀਜ਼ਨ ਕੀ ਸੀ। ਆਪਣੇ ਪਹਿਲਾਂ ਵੀ ਟਰੈਕਟਰ ਮੈਸੀਓ ਹੁੰਦਾ ਸੀ ਤੇ ਫਿਰ ਸਰਦਾਰ ਜੀ ਦਾ ਬਾਹਰਲਾ ਬਣ ਗਿਆ ਸੀਗਾ, ਇਟਲੀ ਚਲੇ ਗਏ ਸੀਗੇ ਤੇ ਉਦੋਂ ਆਪਾਂ ਨੇ ਆਪਣਾ ਟਰੈਕਟਰ ਵੇਚਤਾ ਸੀ। ਉਹ ਵੇਚਣ ਤੋਂ ਬਾਅਦ ਫਿਰ ਹੁਣ ਟਰੈਕਟਰ ਆਪਾਂ ਦੁਬਾਰਾ ਤੋਂ ਲੈ ਰਹੇ ਹਾਂ ਕਿਉਂਕਿ ਉਸ ਤੋਂ ਬਾਅਦ ਹੁਣ ਆ ਗਏ ਹਾਂ। ਤੇ ਫਿਰ ਹੁਣ ਕਿਉਂਕਿ ਖੇਤੀ ਆਪਾਂ ਨੇ ਕਰਨੀ ਵੀ ਇੱਥੇ ਹੀ ਸੀ, ਆਪਣਾ ਪਰਿਵਾਰ ਸਾਰਾ ਇੱਥੇ ਸੀਗਾ, ਚਲੋ ਜਿੰਨਾ ਆਪਾਂ ਨੂੰ ਚਾਹੀਦਾ ਸੀ ਆਪਾਂ ਆਪਣੀ ਕਮਾਈ ਕਰੀਏ, ਕਮਾਈ ਕਰਕੇ ਆਪਾਂ ਆਪਣੇ ਘਰੇ ਵਾਪਸ ਆ ਗਏ ਹਾਂ ਕਿਉਂਕਿ ਆਪਾਂ ਨੇ ਇਹ ਵੀ ਦੇਖਣਾ ਨਾ ਵੀ ਆਪਣਾ ਜਿਹੜਾ ਬੱਚਾ ਹੈ ਵੀ ਉਹਨੂੰ ਟਾਈਮ ਦੇਣਾ ਕਿਉਂਕਿ ਆਪਣੀਆਂ ਕਮਾਈਆਂ ਕਰਨ ਨਾਲ ਕੁਛ ਨਹੀਂ ਬਣਨਾ ਜੇ ਆਪਣਾ ਬੱਚਾ ਨਹੀਂ ਕਿਤੇ ਟਿਕਾਣੇ ਲੱਗਦਾ। ਇਸ ਕਰਕੇ ਸਰਦਾਰ ਜੀ ਆ ਗਏ ਨੇ ਤੇ ਮੇਰਾ ਪਹਿਲਾਂ ਬੈਡ ਲੱਕ ਕਹਿਣਾ ਸੀ ਮੈਂ ਤੁਹਾਨੂੰ ਵੀ ਮੇਰਾ ਬੈਡ ਲੱਕ ਆ ਕਿਉਂਕਿ ਸਰਦਾਰ ਜੀ ਘਰੇ ਨਹੀਂ ਹੈਗੇ ਤੇ ਮੀਂਹ ਹਨੇਰੀ ਥੋੜ੍ਹੇ ਥੋੜ੍ਹੇ ਜਿਹੜੇ ਬਾਅਦ ਆ ਜਾਂਦੀ ਉਹਦੇ ਕਰਕੇ ਲਾਈਟ ਖਰਾਬ ਹੋ ਗਈ ਸੀਗੀ। ਮੈਨੂੰ ਲੱਗਿਆ ਵੀ ਜਿਹੜੇ 8-9 ਡੰਗਰਾਂ ਦੀਆਂ ਧਾਰਾਂ ਨੇ ਮੈਨੂੰ ਕੱਲੀ ਨੂੰ ਕੱਢਣੀਆਂ ਵਾਲੀਆਂ, ਪਰ ਹੁਣ ਮੇਰਾ ਗੁੱਡ ਲੱਕ ਕਹਿ ਸਕਦੇ ਹੋ ਵੀ ਮੇਰੀ ਕਿਸਮਤ ਦੇ ਵਿੱਚ ਲਾਈਟ ਆ ਗਈ, ਨਹੀਂ ਮੈਨੂੰ ਕੱਲੀ ਨਹੀਂ ਚੋਣੀ ਵਾਂਝੇ। ਕੁਛ ਡੰਗਰਾਂ ਦੀ ਧਾਰ ਮੈਨੂੰ ਬਹੁਤ ਔਖੀ ਲੱਗਦੀ ਆ। ਤੇ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਵੀ ਕਰਿਓ। ਤੇ ਹੁਣ ਆਪਾਂ ਚੋਣੇ ਆ ਧਾਰ ਕੱਢਦੇ ਆ ਡੰਗਰਾਂ ਦੀ।
हेलो फ्रेंड्स, इन्ना नेरा हो गया, इन्ने नेरे हुए तो बाप जी आए थे ट्रैक्टर लेके। इसे करके थोड़े नाल हमें चंगी तरह वीडियो बना के थोड़े नाल शेयर नहीं कर पाई क्योंकि नेरा बहुत हो गया थी, लाइटा जगन के बाप के लिए उन्होंने कुछ दिखा नहीं सकी, अगली सॉरी है। ये ट्रैक्टर है जी फ्रेंड्स, अपने 11 मई में तो इतने फिर मेरा 12 मई का जन्मदिन सी, तो जन्मदिन सैलीब्रेट कर लगे तो फिर ट्रैक्टर का वेलकम तो मेरा बर्थडे कट्ठे ही सैलीब्रेट किया। चलो फिर फ्रेंड्स, हूँ आप वीडियो नैक्सट वीडियो मिलेंगे, इतने आप अपना ब्लॉग बंद करते हैं, तो प्लीज़ चैनल सबसक्राइब करो, कमेंट भी करो। खुश रहो जी सारे, तंदुरुस्त रहो, कोरोना तो बचो। ये गल गलत है, इधर आ जाओ, समझो उठे पे।